ਮੇਰੇ
ਸਤਰ ਉਸਦੇ ਬਾਅਦ ਇੱਕ ਸਤਰ ਖੁਤਬੇ ਦੀ ਇਜਾਜ਼ਤ ਹੈ ਨਾ ਜੀ। ਹੁਸੈਨ ਹੱਦੇ ਕਮਾਲ ਤੋਂ ਹੈ, ਕੋਈ ਜ਼ਰੂਰੀ ਨਹੀਂ ਵਿਗਾਰਸ਼ੀਆਂ ਨਾਲ ਹੈ, ਜਿਸ ਤਰੀਕੇ ਦੇ ਨਾਲ ਵੀ ਤਲਕ ਗਈ ਹੁਸੈਨ ਦੇ ਆਸ਼ਿਕ ਨਾਲ ਹੈ, ਹੁਸੈਨ ਦੇ ਹੁਬਦਾਰ ਨਾਲ ਹੈ। ਬੰਦਾ ਕਿਵੇਂ ਆ ਵੀ ਅਹਿਲ ਸੁਨਤ ਮਜਲਿਸ ਨਹੀਂ ਕਰਾਉਂਦਾ, ਮੈਂ ਮੰਨਦਾ ਹੀ ਨਹੀਂ, ਫਿਰ ਆਪਣੇ ਆਪ ਨੂੰ ਅਹਿਲ ਸੁਨਤ ਨਾ। ਬੰਦਾ ਕਿਵੇਂ ਆ ਵੀ ਅਹਿਲ ਸੁਨਤ ਮਜਲਿਸ ਚ ਨਾ ਜਾਂਦਾ, ਫਿਰ ਆਪਣੇ ਆਪ ਨੂੰ ਅਹਿਲ ਸੁਨਤ ਤਵੱਜੋ ਆਖੇ ਮਿਲਾਦ ਕਰੂੰਗਾ ਤੇ ਮਜਲਿਸ ਨਹੀਂ ਕਰਾਉਂਦਾ, ਤਵੱਜੋ ਭਾਈ ਮਿਲਾਦ ਕਰੂੰਗਾ ਮਜਲਿਸ ਤੇਰਾ ਕਿ ਤੂੰ ਜ਼ਮੀਨ ਪਰ ਉਤਰ ਆ।
ਸ਼ੁੰਦੀ ਜਿਹੜੀ ਗੱਲਾਂ ਬੰਦੇ ਤੱਕ ਨਹੀਂ ਪੁੱਛ ਪੁੱਛਾਈਆਂ ਜਾਣ ਤਵਜੋ ਖਾ ਜਾ ਆਲੇ ਮੁਹੰਮਦ ਹੋ ਰਹੇ ਤੁਸੀਂ ਅਸੀਂ ਸ਼ਾਮ ਅਕੀਦੇ ਨਾਲ ਆਣਾ ਅਲੀ ਹਾਕੇ ਅਲੀ
دنیا بھول جا، دنیا بھی رکھ، رشتے داری بھی رکھ، لیکن علی کا سچا ملنگ بھی بن. ¿Cómo andan?
मिंबर दी कसम है, एक मस्तूर दी आवाज आई, मैं हुसैन दी बहन हूं, मैं शाम दा पद करके आईया, जिस जात ने साडा जिक्र करना ना उस नु मार छडे, जेडे तेरे जाकर तू जान तेरे जाकर जान। बिस्मिल्लाह करा थोड़ी थोड़ी जिंदगी हो गई। अल्लाह ने इमाम हुसैन दा शब्द लिस्ट दी पाई है, किस मोमेंट के जाकर दा नाम है किया क्या
ਤਵੱਜੋ ਹੈ ਜੀ ਜਸਮੀ ਸਾਹਿਬ ਆ ਕੇ ਹੁਣ ਦੋ ਸਤਰਾਂ ਸਾਹਿਬ ਦੀਆਂ ਸੁਣ ਲਓ ਕਿਉਂਕਿ ਮੈਂ ਕਹਿੰਦਾ ਥੋੜ੍ਹਾ ਪਹਿਲਾਂ ਪੜ੍ਹੀ ਜੋ ਪਿੱਛੋਂ ਜ਼ਾਕਰ ਨੂੰ ਰਲ ਗਏ ਹੁਣ ਸਿਲਸਿਲਾ ਚੱਲ ਰਿਹਾ ਸੀ ਸਾਰੇ ਜ਼ਾਕਰ ਮੌਲਾ ਤੋਂ ਪਹੁੰਚ ਰਹੇ ਨੇ ਇਤਨਾ ਵੀ ਫਜ਼ਾਇਲ ਪੜ ਗਿਆ ਨਾ ਜਿਹੜੇ ਸ਼ਾਮ ਦੇ ਪਦ ਕਰਕੇ ਆਏ ਹਨ ਇਹ ਹਸਰਤ ਹੀ ਅਲੀ ਦੀ ਧੀ ਦੀ ਕੁੱਕਾ ਮਾਰ ਕੇ ਰੋਣਾ ਕਰ ਮਾਤਮ ਕੀਤਾ ਕਰ ਪਾਪ ਜ਼ਿਕਰ ਦੀ ਕਸਮ ਹੈ ਇਹ ਉਸ ਬਹਿਣ ਦੀ ਹਸਰਤ ਨਹੀਂ ਜੇ ਕੋ ਸੁੱਕੇ ਬਿਰਾ ਦੀ ਲਾਸ਼ ਤੇ ਰੋਮਣ ਕਹਿਣਾ ਹੀ ਦਿੱਤਾ ਵਾਹ 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 ਬਿਸਮਿਲਾ ਕਰਾਂ ਮਾਂ ਹੁਸੈਨ ਦੀ ਰਾਜ਼ੀ ਹੋਈ ਆਓ ਬਿਸਮਿਲਾ ਮੇਰੇ ਮੋਹਰ ਦਾ ਮੋਹਰਾ ਦਾ ਜ਼ਾਕਰ ਮਿੰਬਰ ਤੇ ਤਸ਼ਰੀਫ ਲੈ ਇਪਾ ਉਹਦਾ ਵਿਸ਼ਾ ਮੋਲਾ ਤੁਹਾਡੇ ਦਸਤ ਬੁਰਾ ਤੋਂ ਕਰੇ ਇਹ ਬਾਹਰ ਦਾ ਹੀ ਬੜਾ ਮਨਜ਼ੂਰੀ ਹੈ ਕੁਸਤਾਨ ਨੇ ਲਹਰਾ ਮੋੜ ਫੁੱਲ ਦੇ ਕੇ ਨਾ ਹੈ ਅਜ਼ਾਦਾਰੀ ਚ ਕੋਸ਼ਿਸ਼ ਕੀਤੀ ਕਰੋ ਭਾਈਆਂ ਜਿਵੇਂ ਬਾਹਰ ਦਾ ਹੈ ਚਾਹਣਾ ਚਾਹੀਦਾ ਇਹ ਨਹੀਂ ਆਇਆ ਕਰੋ ਖਲੂਸ ਨਾਲ ਦੁਆ ਲੈ ਕੇ ਆਇਆ ਕਰੋ ਝੋਰੀਆਂ ਮੰਗ ਭਾਈਆਂ ਭਰ ਕੇ ਗਏ ਕਰੋ ਦਾ ਮੁਹਰਮ ਦੇ ਢੱਲੇ ਤੋਂ ਬਾਹਰ ਭਾਈ ਸਹੀ ਜਨਾਬ ਦੇ ਆਪਾ ਸਿੱਖੀ ਦੇ ਦੀਏ ਨਾਲ ਬੈਠੇ ਜਿਹੜੇ ਧੀਆਂ ਭੈਣਾਂ ਨਾਲ ਰੋਮਣ ਵਾਸਤੇ ਆਇਓ ਅੱਜ 15 ਮੁਹਰਮ ਹੈ ਮਿੰਬਰ ਦੀ ਕਸਮ ਹੈ ਅੱਜ 6ਵੀਂ ਰਾਤ ਹੈ ਹੁਸੈਨ ਦੀ ਧੀ ਨਹੀਂ ਸੁੱਤੀ ਵਾਹ ਵਾਹ ਜਿਹੜੇ ਧੀਆਂ ਲੈ ਪਿਓ ਬਿਸਮਿਲਾ ਕਰਾ ਬਿਸਮਿਲਾ ਕਰਾ ਜਿਤਨਾ ਵੀ ਤੁਸੀਂ ਰੋ ਰੋ ਪਿੰਡ ਕੇ ਆਖਰ ਧਰਮ ਤੇ ਟੁੱਟ ਜਾਂਦੇ ਹੋ ਨਾ ਕਦੀ ਸੋਚਿਆ ਕਰ ਅਸੀਂ ਤਾਂ ਰੋ ਪਿੰਡ ਕੇ ਮਾਤਮ ਕਰਕੇ ਤੁਰਲਾ ਕੇ ਰਾਤ 12 ਵਜੇ 1 ਵਜੇ 2 ਵਜੇ 2:30 ਵਜੇ ਆਖਰ ਧਰਮ ਨੂੰ ਲੱਗੇ ਮੈਨੇ ਅਲੀ ਦੀਆਂ ਧੀਆਂ ਕਿਨ ਗਈਆਂ ਵਾਹ 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 ਜੀ ਬਿਸਮਿਲਾ ਕਰਾਂ ਉਹ ਜਵਾਨੀਆਂ ਮਾਰੋ ਲੱਗੀ ਬਿਸਮਿਲਾ ਕਰਾਂ ਚਾਚਾ ਹੌਸਲੇ ਨਾਲ ਇਤਨਾ ਰੋਸੂ ਜਿਤਨਾ ਥੋੜਾ ਦਿਲ ਲੱਗ ਸੀ ਅੱਜ ਆਕਾਸ਼ ਦੇ ਬੱਚੇ ਸੀ ਸਾਰਾ ਦਿਨ ਰੋਸੂ ਮਸਾਬ ਤੇ ਬਾਹਰ ਲੋਕ ਵੀ ਜਵਾਈਆਂ ਨੇ ਪੜਨ ਵਾਲੇ ਮੈਂ ਇਹਨਾਂ ਸਾਰਿਆਂ ਦਾ ਮੁੰਨਾ ਦਾ ਜੋੜੇ ਬਰਤਾ ਬਸ ਦੁਆ ਲਾਉਣ ਵਾਸਤੇ ਹਾਜ਼ਰੀ ਹੋ ਗਈ ਦਾ ਮੁਹਰਤ ਨਹੀਂ ਤੁਪਾਰ ਜਨਾਬ ਦੇ ਆਪਾ ਸਿੱਧੀ ਪੇ ਦੀ ਗੇੜ ਨਾਲ ਬੈਠੇ ਨੇ ਹੁਸੈਨ ਦੀ ਤਸਵੀਰ ਖਾਲੀ ਜਾਮ ਹੱਥ ਚ ਮੇਰੇ ਨਾਲ ਤੁਰ ਮੇਰੇ ਚਾਚੇ ਨੂੰ ਆਖ ਪਾਣੀ ਤੰਗੇ ਨਾ ਲੈ ਚਾਚਾ ਪਾਣੀ ਡਿੱਗਣ ਨਾ ਪਿਆ ਪੈਂਦਾ ਤੁਰ ਵੀ ਛੋਟੀ ਛੋਟੀ ਔਲਾਦ ਦੇ ਵਾਲੀ ਵੀ ਧੀ ਪਿੱਛੋਂ ਹੁਸੈਨ ਦੀ ਤਸੀ ਧੀ ਪਿੱਛੋਂ ਸਿੰਘਾਂ ਦੇ ਛੋਟੇ ਛੋਟੇ ਬਾਲ ਉਠ ਆਏ ਜਿਸ ਜਨਾਬੇ ਆਪਾਸ ਮਿੱਟੀ ਤੇ ਬੈਠੇ ਹਨ ਜਿਵੇਂ ਛੋਟੀ ਔਲਾਦ ਚਾਚਾ ਪਿਓ ਦੇ ਸੀਨੇ ਤੇ ਸੰਭਦੀ ਹੈ ਨਾ ਇਵੇਂ ਚਾਚੇ ਦੇ ਸੀਨੇ ਤੇ ਸੰਭਈ ਹੌਲੇ ਹੌਲੇ ਤੋਲ ਕੇ ਆਉਂਦੀ ਚਾਚਾ ਹੋ ਮੇਰਾ ਮਾਸ਼ੀ ਚਾਚਾ ਹੋ ਮੇਰਾ ਮਾੜ ਚਾਚਾ ਹੋ ਮੇਰਾ ਲੱਖਾਂ ਦੁਬਾਰੀ ਚਾਚਾ ਇਹ ਦੱਸਾ ਪਾਣੀ ਡਿੱਗਣ ਕਿਉਂ ਨੂੰ ਵੇਲਾ ਜਨਾਬ ਦੀ ਆਵਾਜ਼ ਦੀ ਆਵਾਜ਼ ਆਈ ਹੈ ਸਕੀਨਾ ਅੰਦਰ ਤਾਂ ਤੁਸਾਂ ਨੇ ਬਾਹਰ ਦਿੰਦੇ ਮੈਂ ਤੁਹਾਡਾ ਬਾਬਾ ਨਹੀਂ ਮੰਨਣ ਦਿੰਦਾ ਇਹ ਦੱਸੋ ਮੈਂ ਕਮੀਜ਼ ਦੇ ਪੁੱਤਰ ਕਿਹਨੇ ਮੰਨਣਾ ਹੈ ਆਖਾ ਚਾਚਾ ਬਾਬੇ ਤੂੰ ਇਜਾਜ਼ਤ ਲੈ ਦੇਣਾ ਪਾਣੀ ਲੈ ਆ ਸਕੀਨਾ ਬਸ ਭਾਈਆਂ ਨੂੰ ਇੱਕ ਸੁਮਰਿਆ ਛੱਡਦਾ ਪਿਆ ਮਿੰਬਰ ਇੱਕੋ ਰਹਿਣ ਤੇ ਮਿੰਬਰ ਭਾਈਆਂ ਨੂੰ ਦੇਵਾ ਚਾਚੇ ਦੀ ਤਿਆਰੀ ਕਰਵਾਉਣੀ ਸ਼ੁਰੂ ਕੀਤੀ ਇਸ ਇੱਕ ਆਲਮ ਚਾਹ ਦਿੱਤਾ ਜੀ ਮੀਆ ਨੇਲਾ ਹੁਣ ਚਾਚੇ ਤੋਂ ਡੇਕ ਆਉਂਦੀ ਹੈ ਚਾਚਾ ਵਸਦਾ ਰਹੇ ਵਸਦਾ ਰਹੇ ਬੱਲਾ
ਹੋ ਗਈ ਆ ਅਜੀਬ ਬਿਸਮਿਲ੍ਲਾ ਕਰਾ ਅਬ ਹਮੇ ਜੋ ਉਜੜ ਗਈ ਆ ਮੈਂ ਅਬੂ ਤੁਰਾਬ ਦੀ ਪੋਤਰੀ ਆ ਕਬੜੇ ਦੀ ਆ ਜੋ ਉੱਚੀ ਆ ਉਲਾਦਾ ਲੋ ਜ਼ਮੀਨ ਉੱਚੀ ਹੋਈ ਆ ਚਾਚੇ ਨੂੰ ਮਸ਼ਕ ਪਵਾਈਏ ਚਾਚੇ ਦੇ ਨਾਲ ਮੈਂ ਜਾਣ ਤੁਰ ਪਈ ਆ ਉਹ ਜਾਏ ਰਾਜਾ ਤਨਵੀਰ ਬਾਸ ਜ਼ਹੀਰ ਸਫਦਰ
ਆਗਾ ਜ਼ੁਲਫਕਾਰ ਚੱਕ ਅੱਠ ਗਿੱਧੇ ਵਾਲੀ ਅਤੇ ਕਾਮਰਾਨ ਅਲੀ ਹੈਦਰੀ ਸਤਾਈ ਮੁਹਰਮ ਉਲਮਾ ਇਮਾਮ ਬਾਗਾ ਕਸਰੇ ਇਮਾਮ ਸਨ ਗੋਦਲਾ ਚੌਕ ਮੰਡੀ ਫੈਦਾਬਾਦ ਛੱਬੀ ਮੁਹਰਮ ਭੰਡਾਰਾ ਮੱਲਾ ਅਦਨਾਰ ਪਾਰਕ ਜਰਾਵਾਲਾ ਰੋਡ ਸੈਦ ਵਾਲਾ ਤਹਿਸੀਲ ਨਨਕਾਣਾ ਜ਼ਿਲ੍ਹਾ ਸ਼ੇਖਪੁਰਾ ਛੱਬੀ ਮੁਹਰਮ ਆਕਰ ਰਜ਼ਾ ਸੈਦੀ ਅਲਾਮਾ ਹਾਫਿਜ਼ ਮੁਹੰਮਦ ਅਲੀ ਵਿਰਕ ਇਮਤਿਆਜ਼ ਸ਼ਾਹ ਪਹਾੜਕੋਟ ਮੁਰਤਜ਼ਾ ਕੰਬਰ ਸਫਦਰ ਬਾਸ ਨੌਤਕ ਜ਼ਹੀਰ ਹਸਨ ਜ਼ਹੀਰ ਕਾਲੀ ਨਾਸਰ ਅਬਾਸ ਸੁਹੇਲ ਅਬਾਸ ਕਲੰਦਰੀ ਖਿਤਾਬ ਫਰਮਾਏਂਗੇ ਛੱਬੀ ਮੁਹਰਮ ਮਹੱਲਾ ਅਦਨਾਨ ਪਾਰਕ ਜਰਾਵਾਲਾ ਰੋਡ ਸੈਦ ਵਾਲਾ ਬਾਈ ਮੁਹਰਮ ਸਲਾਨਾ ਮਲਸੇ ਦਾ ਵਧੇ ਦੀ ਜਾਰੀ ਚੌਕੀਆਂ ਵਾਲਾ ਜੋ ਰਸਤਾ ਜਾਂਦਾ ਹੈ ਉਹ ਦੁਖਿਆਣਿਆਂ ਨੂੰ ਬਾਈ ਮੁਹਰਮ ਜ਼ੇਰੇ ਤਮਾਮ ਰਾਏ ਫਾਜ਼ਲ ਹੁਸੈਨ ਮਰਹੂਮ ਕਫੂਰ ਉਹਨਾਂ ਦੇ ਭਾਈ ਰਾਏ ਜ਼ਾਹਿਦ ਹੁਸੈਨ ਦੇ ਰਾਂਗੇ ਲਾਈ ਜ਼ਾਕਰ ਸਫਦਰ ਬਾਸ ਨੌਤਕ ਤਸੱਦਰ ਹੁਸੈਨ ਗੁਜਿਆਣਾ ਮਲਕ ਅਸਲਮ ਔਰ ਵੀ ਮੌਲਾ ਕੇ ਬਹੁਤ ਸੇ ਜ਼ਾਕਰੀ ਨੇ ਨਾਮ ਤਸ਼ਰੀਫ ਲਾਏਂਗੇ ਬਾਈ ਮੁਹਰਮ ਕੋਟ ਵਲੀ ਮੁਹੰਮਦ ਅਲ ਮਲੂਫ ਵਲੀ ਦੀ ਦਿਹਾੜੀ ਤਾਂ ਬਖਸ਼ਿਸ਼ ਕੋ ਆਪਣੇ ਦਰ ਕਾ ਸਵਾਲੀ ਬਣਾ ਦਿਆ ਬਖਸ਼ਿਸ਼ ਕੋ ਆਪਣੇ ਦਰ ਕਾ ਸਵਾਲੀ ਬਣਾ ਦਿਆ ਹੋਰ ਕੋ ਫਿਜ਼ਾਏ ਖੁਲਕ ਕਾ ਵਾਲੀ ਬਣਾ ਦਿਆ ਇੱਕ ਸਜਦਾ ਹੁਸੈਨ ਨੇ ਥੋੜੀ ਸੀ ਦੇਰ ਮੇ ਹਰ ਦੌਰ ਕੇ ਯਜ਼ੀਦ ਕੋ ਗਾਲੀ ਬਣਾ ਦਿਆ ਤੋ ਆਪ ਆਪਕੇ ਸਾਹਮਣੇ ਬਹਿਰਲ ਮਸਾਇਬ ਜ਼ਾਕਰ ਮੁਸਾਫਰਾ ਸ਼ਾਮ ਜਨਾਬ ਸਫਦਰ ਅਬਾਸ ਨੌਤਕ ਸਾਹਿਬ ਉਨਕੀ ਆਮਦ ਸੇ ਪਹਿਲੇ ਜੇ ਸਲਾਨਾ ਮਜਲਸੇ ਅਜ਼ਾਬ ਬਰਾਏ ਬੁਲੰਦੀਏ ਦਰਜਾਤ ਸੈਯਦ ਗੁਲਾਮ ਰਸੂਲ ਸ਼ਾਹ ਸਾਹਿਬ ਸੈਯਦ ਮੁਹੰਮਦ ਅਕਬਰ ਔਰ ਗੁਲਾਮ ਰਜ਼ਾ ਬਾਗ ਮੇ ਵਾਰਦਾ ਮੁਹਤਰਮਾ ਸੈਯਦ ਅਬਰਾਰ ਹੁਸੈਨ ਔਰ ਅਲਮਦਾਰ ਹੁਸੈਨ ਸ਼ਾਹ ਸਾਹਿਬ ਤੋ ਮੇਰੀ ਤਮਾਮ ਜ਼ਾਕਰੀ ਨਿਜ਼ਾਮ ਸੇ ਗੁਜ਼ਾਰਿਸ਼ ਹੈ ਕਿ ਵੋ ਬੁਲੰਦੀਏ ਦਰਜਾਤ ਕੇ ਲੀਏ ਪਹਿਲੇ ਦੁਆ ਕਰਾਏ ਔਰ ਬਾਅਦ ਮੇ ਮਜਲਸੇ ਅਜ਼ਾਬ ਸੇ ਖਿਤਾਬ ਫਰਮਾਏ ਤੋ ਜਨਾਬ ਸਫਦਰ ਅਬਾਸ ਨੌਤਕ ਸਾਹਿਬ ਇਨਕੇ ਬਾਅਦ ਜਨਾਬ ਅਲਾਮਾ ਅਲੀ ਨਾਸਰ ਹੁਸੈਨੀ ਤਲਹਾਰਾ ਵੋ ਖਿਤਾਬ ਫਰਮਾਏਂਗੇ ਜਨਾਬ ਨਾਸਰ ਅਬਾਸ ਨੌਤਕ ਸਾਹਿਬ ਸਲਵਾਤ ਉਲਾਹੁਮਾ
دورے سارے سبان واجب سمن کے ایک سلوات آمد امام زمان لا حول ولا قوة إلا بالله رحمان دی ہے بڑے
سب نے دلائی دی رحمان دے وسما رفع و وضع المیزان ہم نے آسمان کو رفعت عطا کی ہم نے آسمان کو بلندی عطا کی ہم نے آسمان کو عزت عطا کی ہم نے آسمان کو تکریم عطا کی و وضع المیزان اور میزان کو قائم کیا کیوں اللہ تطغوا فی المیزان تاکہ لوگ میزان کے حق میں سرکشی نہ کریں بندے نہیں بولتے عقیدے بولتے جنوں چنگی لگے بندہ بولے جنوں چنگی لگے بندہ بولے تیری ہوتے ہم بسلہ ہم نے بسلہ ہم نے آسمان کو رفعت عطا کی اور میزان کو قائم کیا تاکہ لوگ میزان کے حق میں سرکشی نہ کرے کتنا کلاس میں تو شیعہ بیٹھے سن بیٹھے موڑ دی دھرتی تے میں پہلے دفعہ جملہ کر لگا کہ حضرت کو قران دا سیدہ دا ایک ظاہر رسول دی حدیث پہ پڑھ حسین کا نام آ رہا ہے جو قران دا ایک ظاہر سب تر بات ہے پریشان ہو گئے اگلی گل اس لیے کہ رسول پر پرمند قران دا ایک ظاہر 70 باطن اور 70 باطن ولا 70,000 باطن رسول اللہ تو ظاہر جان دیو باطن سچا ہوتا جان دے ہے شاباش شاباش زندگی ہونے زندگی ہے بسم اللہ بسم اللہ تسا ظاہر جان دے ہو بڑا اوکھا جل لگ رہا ہے تسا اللہ پہلے ہم نے آسمان کو رفعت عطا ہم نے آسمان کو بلندی عطا ہم نے آسمان کو عزت عطا ہم نے آسمان کو تکریم عطا اسا آسمان کو عزت والا بنایا کوئی شیعہ سنی مورخ نہیں جانتا اس آسمان کے اندر کتنی مخلوقات آباد ہیں اتنی بلندی کوئی نہیں جانتا زمین تو آسمان کا جڑا فاصلہ وہ کوئی بھی نہیں جانتا سوائے امیر المومنین دے سوائے 14 دے چلے گا کہ سب امام دا دور امام موسی قادم علیہ السلام دا دور ایک بندہ ٹھنڈا ہویا سب امام دے کول آیا بابا دے بلند تے سب افسوس 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 یار 14 دے نظام تے صلوات واجب جڑا واجب سنتے ہو بندہ صلوات پڑھ لے تے واجب سنائی پڑے گا ہم نے آسمان کو رفعت عطا کی اور میزان کو قائم کیا ہم نے آسمان کو رفعت عطا کی اور میزان کو قائم کیا وہ آسمان کہہ رہے جب اللہ عزت عطا کی دیے وہ آسمان کہہ رہے جب اللہ تقریب عطا کی دیے وہ آسمان کہہ رہے جب اللہ عزت اللہ بنائے وہ آسمان کہہ رہے جب اللہ رفعت عطا کی دیے اور میزان کے لیے جب اللہ قائم کی دیے سچا تو موٹے طرح کے مسکرہ میں فرمائے نے میں محمد میں نو محمد دے پتر نو اللہ دی بات نہیں کہتی کہ سارا جے تے کبتا قدرت دے میری جان ہے جے سب کچھ ہے اس آسمان دا نام محمد ہے میزان دا نام علی ہے آسمان کو ٹکٹ گئے اللہ کہتا ہے ہم نے آسمان کی چھت کو رفع سم کہا تصبہ ہم نے آسمان کی چھت کو بلند کیا کئی بندن نے پتہ لگیا قرآن کی قسم ہے کئی بندن پتہ نہ لگیا جیڈا بڑا عالم ہو گیا جیڈا بڑا مفسر ہو گیا کئی نو پتہ نہ لگ گیا جو آسمان کی چھت کا انہیں اگر رسول مکہ فتح نہ کریا شاہبہ جنہوں سمجھ آئیے بندہ بول پہ جنہوں سمجھ آئیے بندہ بول ہے اگر رسول مکہ نہ کرے آسمان کی چھت کا پتا نہ لگیا
رسول کعبے دے دل کی ہوے رسول کعبے دے اندر آ گئے ترائی ہی ہو جے بہت ہن جڑے اونچی جا کے چلو گئے میں بول کھنڈے تے پڑدا میں بول کھنڈے تے پڑدا اے ترائی ہو جے بہت جڑے اونچی جا کے لات منات تے اوسا لات منات تے اوسا ترائی ہو جے بہت جڑے اونچی جا کے اگر رسول دے ہاتھ ہوے یاد رکھے تیرے تے نبی دے ہاتھ ہوے اگر ہاتھ اشارہ کرے تے چاند دو ٹکڑے ہو کے زمین تے آوے گا بسم اللہ حجدگی آوے گا حجدگی رسول اپنا تیرے تے میرے نبی دے ہاتھ ہو آتے ہیں اگر اشارہ کرے تے چاند دو ٹکڑے ہو کے زمین تے آوے گا رسول چاہے رسول چاہے تے بہت زمین تے آوے گا رسول ہاتھ اشارہ کرے تے بہت زمین تے رسول نے قدمہ چل گیا لیکن نہیں چلے کہتے کہ اونچے جا تے بہت ہن اونچے جا تے بہت ہن رسول چھکے رسول چھوکے رسول اللہ کے یالی میں تھے پیر رکھ بس بول کنا بس بول کنا زندگی میں بسم اللہ بسم اللہ یالی یالی اے ایتھے پیر رکھ تے پوت ہن میں کی چلے بندے بولنا ہے میں ایتھے پیر رکھ تے آ پوت ہن علی پاس اے مولا جے سچ اس دے نا اگر کعبہ صفا کرنا ہے تے میری نظر وچ اصل کعبہ تے دوسری ہو شاباش امین 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 علی دا علی دا کی دے علی پر بندے دے یاد اللہ میری نظر وچ اصل کعبہ تے دوسری ہو ائی تو پریشانی چوں کے تے علی تیری عزت دی قسم ہے اگر کعبہ میں آ تے میری چھت دا کا علی جے میرے علی رسول دے موڈیاں دا رسول دے موڈیاں دا اے کمال ہے جڑا رسول دے موڈیاں دا
انکار کیا بتایا یہ ہے علی جان ولی علی محمد رسول اللہ آبی قرآن دیا ہے اور میزان کو کہیں میزان ہے ایک آدھنے ترکلی میزان آدھنے ترازو میزان آدھنے ترازو آپ آدھنے کو پرسی دا پھر لکھے میں ترازو پڑھے سامنے پیش کر لگا میں آپ آدھنے کو پرسی دا کہ میں جنہا پروز ہے ماشر ترکلی تا سمجھ گا ترکلی ہونٹا مجھلا کمپیوٹر ایس کرنے آگے دے جنہا چکلی رہا دلو بیٹھا تو بری گیا دیگو ہے ترکلی کیوں جو دیا وہ دو پرنے ہوتے ایک سجے پاس ایک کھپے پاسے درمیان ایک سوٹی ہوتی ہے وہ سوٹی تک موٹ سکتی ہوتی ہے ایک پاسے جنہیں سے رکھی رہتی ہے زندگیاں ہونے زندگیاں تو بین پاسے صحیح زیادہ بین پاسے بٹے تو بین پاسے جنہیں بات تو جنہیں سے جنہیں وہ بندہ تلے دا پر بندہ ڈنڈی نہیں بڑی مار دیں اور تولن لگے بندہ ڈنڈی بڑی مار دیں اور قرآن دیتا ہے کہ تمہیں دن نہ بھی کھٹ تولے دن نہ بھی تولن اچھ بے مانے کی تھی انہاں دانا اے جہان ہے نا اگلا جہان ہے جہنم میں جو کہہ رہے نمازی میں
Allah'a emanet olun.
ਇਹ ਬੰਦਾ ਕਿਉਂ ਇਸ ਨੀਅਤ ਤੇ ਹੈ ਜੁਮਨ ਕੇ ਮੁਹੰਮਦ ਦੀ ਜ਼ਖਮ ਦੀ ਪਰਚਾ ਸ਼ਰੀਫਾਂ ਦਾ ਜ਼ਿਕਰ ਸ਼ਰੀਫ ਸੁਣ ਕੇ ਜ਼ਰੂਰ ਬੰਦ ਭਰਤ ਮੋਦੀ ਨਸੀਬਾਂ ਦੀ ਅੱਖ ਹੁੰਦੀ ਮੁਕਦ ਨਾਲ ਇਨਸਾਨ ਹੋ ਜਾਏ ਹਰ ਦੀਵਾਨ ਹਰ ਬਜ਼ੁਰਗ ਹਰ ਅਜ਼ਦਾਰ ਮੇਰੀ ਦਿਲ ਦੀ ਗਵਾਈ ਦੇ ਸੀ ਅਗਰ ਹਰ ਹੁਸੈਨ ਦੋ ਨੋਏ ਆਪ ਤੇ ਜ਼ੈਨਬ ਛਤਰੀ ਸ਼ਹਰਾਂ ਚ ਬੁਰ ਕੇ ਰਮ ਗਿਆ ਹਾਏ ਕਰ ਨਵੇਂ 15 ਮੁਹਰਮ ਦੀ ਸਲਾਹ ਦੀ ਬਿਸਮਿਲਲਾ ਕਰਾਂ ਮੈਂ ਬਿਸਮਿਲਲਾ ਕਰਾਂ ਮੈਂ ਬਿਸਮਿਲਲਾ ਕਰਾਂ ਮੁਕ ਹੈ ਹੁਸੈਨ ਦਾ ਮੁਹਰਮ ਅਲੀ ਦੀ ਦੀ ਦੇ ਮੁਹਰਮ ਨੂੰ ਮਜਲਿਸ ਤੇ ਪੜਦਾ ਬਿਸਮਿਲਲਾ ਕਰਦਾ ਨਾ ਸਿੰਘ ਨੂੰ ਚਾਚਾ ਧੀਆ ਦੇ ਬੁਰਕ ਨੇ ਕਿੰਨੀ ਇੱਜ਼ਤ ਦਾ ਮਾਲਕ ਹੈ ਬੰਦਾ ਤੇਰਾ ਮਿੱਟੀ ਦੇ ਬੈਠੇ ਹੁਸੈਨ ਨੂੰ ਕਿੰਨੇ ਬਖਤਾਂ ਦਾ ਬੰਦਾ ਹੈ ਜਿਹਦੇ ਦਿਲ ਵਿੱਚ ਕਬਰ ਹੁਸੈਨ ਦੀ ਆਪਣੀ مجلس لاہور ملتان اسلام آباد کے کئی بے سارے چلے دانی کلے سے غیر مت بندے دی جن نظیر مجلس صاحب سے پر جملے میں لکھے جیڑی جاتے مجلس ہوندی ہے زینب صبح دی نماز اوتھائی یا پڑھدی ہے جا حسین جا حسین کوشش کریں ثواب ہے بسم اللہ کرا میں بسم اللہ کرا لقب لقب نماز کے بعد میرے شاید دی دل نہیں پوئے پاسے ਕੋਸ਼ਿਸ਼ ਕਰੇ ਜਿਹੜੀ ਸ਼ਾਮ ਚ ਆਈਏ ਉਹ ਤੁਹਾਡੇ ਤਰ੍ਹਾਂ ਦੀ ਬੰਦੇ ਦੇਖੋ ਮਸੀਹ ਜ਼ਿਆਦਾ ਉਹਦੀ ਤਾਬੀ ਦੇ ਚੁੱਕਣ ਦਾ ਪਤਾ ਸ਼ਿਵਨ ਜਾਇਦਰੀ ਸ਼ਾਮ ਦਾ ਮੁਲਕ ਫਤਰ ਸ਼ਿਵਨ ਜਾਇਦਰੀ ਮੁਲਕ ਸ਼ਾਮ ਹੁਸੈਨ ਬਾਸ਼ਾ ਦੇ ਵਸਤੇ ਵਿੱਚ ਦੀ ਕਲੀ ਸੀ ਜਿਹਦਾ ਨਾਂ ਸਹਿਬ ਕਿਤਾਬ ਨੇ ਹਿੰਦ ਬਿਨ ਦੇ ਅਬਦੁੱਲਾ ਬਿਨ ਆਮਰ ਬਿਨ ਕੁਰੈਜ ਲਿਖੇ ਜਿਹਨੂੰ ਰੂਈ ਵਰਤ ਹਿੰਦਾ ਪੜਵੇ ਬੈਠ ਜੀਵਨ ਜਾਈਏ ਚੱਲਣ ਦੀ ਅਦਾ ਕੀਤੀ ਜਿਹਦਾ ਨਾਂ ਰੱਖਾ ਸਲਮ ਦਾ ਸਮਝ ਲਓ ਮੈਂ ਕੀ ਪੜ੍ਹ ਰਿਹਾ ਬਹੁਤ ਗੁਜ਼ਰਦਾ ਹੈ 2 ਸਾਲ ਦੀ ਰਮਲਾ ਹੋ ਗਈ ਹਰ ਰੋਜ਼ ਝੋਲੀ ਚ ਪਾ ਗਿਆ ਮਦੀਨੇ ਵਾਲੇ ਸ਼ਹਿਦਾਂ ਦੀ ਹਿਲਾ ਦਾ ਸਬਕ ਲੈ ਲਿਆ ਅਗਰ ਇਹ ਪੜ੍ਹਦਾ ਦਾ ਮਾਮਾ ਤਾਂ ਭੈਣਾ ਪੈਗਾਮ ਹੈ ਮਜਲਿਸ ਹੁਸੈਨ ਪੈਗਾਮ ਦਾ ਨਾ ਹੈ ਮਜ਼ਬੇ ਵਾਲੇ ਮੁਹੰਮਦ ਦੀ ਚੰਗੀ ਮਾਂ ਹੁੰਦੀ ਹੋਏ ਜਿਹੜੀ ਬਾਲਾਂ ਨੇ ਝੋਲੀ ਚ ਪਾ ਕੇ ਮਦੀਨੇ ਵਾਲੇ ਸ਼ਹਿਦਾਂ ਦੀ ਮਿਲਾ ਦਾ ਸਬਕ ਦੇ ਰਹੀ ਇੱਕ ਗੱਲ ਦੀ ਗੱਲ ਪੈ ਗਈ ਹੈ ਦੀ ਗੁਲਿਸ਼ ਪਾ ਕੇ ਮਦੀਨੇ ਵਾਲੇ ਸ਼ਹਿਦਾਂ ਦੇ ਮਿਲਾ ਦਾ ਸਬਕ ਪੜੇ ਦੀਏ ਜੇ ਅੱਲਾਹ ਨੇ ਨਿਕਲ ਕੇ ਮਾਮਾ ਮਾਦੀ ਗੱਲ ਵਿੱਚ ਮੈਂ ਅੰਮਾ ਅਜਨਾ ਪੀਰਾਂ ਦਾ ਤੁਲਾ
ਗੱਲ ਇੰਤਜ਼ਾਰ ਕਰ ਮਦੀਨੇ ਜ਼ਰੂਰ ਵੇਸੂ ਪਰ ਕਦਾਂ ਵੇਸੂ ਜਗਾ ਅਕਬਰ ਸੇੜੇ ਪਾਏ ਵਾਹ 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 ਭਲਾਵੇ ਭਲਾਵੇ ਬਿਸਮਿਲ੍ਲਾ ਕਰਾ ਬਿਸਮਿਲ੍ਲਾ ਕਰਾ ਬਿਸਮਿਲ੍ਲਾ ਕਰਾ ਬਿਸਮਿਲ੍ਲਾ ਕਰਾ ਤੇਰੀ ਸ਼ਾਦੀ ਦੀ ਹਸਰਤ ਕਿੰਨਾ ਦੇ ਦਿਲ ਚਾਹੀ ਅਲੀ ਦੀ ਦੀਓ ਪੁੱਤਰ ਪਰਨਾ ਕੋਈ ਨਾ ਤੇ ਮੇਰੀ ਸੈਣ ਅੱਧਾ ਕਿਲ ਵੱਧ ਟੁਰ ਪਈ ਲੋ ਮੁਹੱਰਮ ਨੂੰ ਕਰਬਲਾ ਸੱਤ ਮੁਹੱਰਮ ਨੂੰ ਪਾਣੀ ਬੰਦ ਨਾ ਮੁਹੱਰਮ ਦੀ ਚੜਾ ਤੇ ਐਨ ਦੁਪਹਿਰਾਂ ਦੇ ਟਾਈਮ ਵਿੱਚ ਅਕਬਰ ਦੇ ਸੀਨੇ ਵਿੱਚ ਮੱਛੀ ਲੱਗ ਗਈ ਨਹੀਂ 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 ਟੁੱਕ ਲੱਗੇ ਬੜੂ ਲੱਗਾ ਹੁਸੈਨ ਦਾ ਟੁੱਕ ਲੱਗਾ ਬਈ ਇਤਨਾ ਮਤਲਬ ਅਲੀ ਅਕਬਰ ਦੀ ਪਰਚੀ ਥੋੜੇ ਬੰਦੇ ਹੁੰਦੀ ਵਜੇ ਹੁੰਦੀ ਵਜੇ ਚਾਚਾ ਇੱਕ ਵਾਰ ਤੇ ਬੰਦੇ ਅਲੀ ਅਕਬਰ ਦੀ ਪਰਚੀ ਰੋਜ਼ ਕਸੂਦੇ ਨੇ ਪਰ ਹੁਸੈਨ ਦੀ ਕਬਰ ਤੋਂ ਤਾਂ ਕਿਤਨਾ ਪਿਆਰਾ ਹੈ ਆਉਂ ਦੀ ਮਾਂ ਨੂੰ ਅਲੀ ਅਕਬਰ ਜੇ ਬੁਰਕੇ ਚ ਪਾਲਣ ਨੂੰ ਪਿਆਰਾ ਕਿਤਨਾ
ਨਹੀਂ ਸਾਬਿਕ ਤਾਬਿਕ ਜਦਾਂ ਦੀ ਅਲੀ ਅਕਬਰ ਨੂੰ ਸੰਗ ਲੱਗੀ ਨਾ ਤੇ ਜ਼ਿੰਦਗੀ ਦੀ ਆਖਰੀ ਦਿਨ ਤੱਕ ਅਲੀ ਦੀ ਦੀ ਅਧ ਰਾਤ ਨੇ ਉੱਠਿਆ ਕਰਬਲਾ ਤੋਂ ਮੂੰਹ ਕਰਕੇ ਹਿੱਕ ਕਵਣ ਕਰਿਆ ਅਕਬਰ ਭਲਾ ਤੇਰਾ ਸੀਨਾ ਤੇ ਬਰਛੇ ਕੋ ਜੋੜ ਹੈ ਅਕਬਰ ਮੈਂ ਤੈਨੂੰ ਬੜਾ ਔਖਾ ਪਾ ਲਿਆ ਮੈਂ ਤੈਨੂੰ ਇਵੇਂ ਪਾ ਲਿਆ ਜਿਵੇਂ ਮਾਵਾ ਆਪਣੀ ਅਧੀਆ ਸ਼ਰਮ ਨਾ ਕਰੇ ਸ਼ਰਮ ਨਾ ਕਰੇ ਸਵਾਬ ਦੇ ਗਲੀ ਮਾਤੇ ਗਮ ਵਿੱਚ ਮਾਤਮ ਕਰਨਾ ਬਿਸਮਿਲਲਾ ਬਿਸਮਿਲਲਾ ਕਰਾ ਖੋਲੀ ਮੈਂ ਮਰਦੇ ਵਜੋਂ ਲੱਗੀ ਮੈਂ ਬਣਾ ਮੇਰੀ ਸੈਣ ਦੀ ਦੀ ਜ਼ਿੰਦਗੀ ਵਿੱਚ ਪਹਿਲੀ ਦਫਾ ਉਹਨਾਂ ਜ਼ੇਵਰਾਂ ਤੇ ਪਏ ਜਿਹੜੇ ਮੁਜਰਮ ਪੈਂਦੇ ਨੇ ਥੋੜੇ ਬੰਦੇ ਹਾਈ ਕੀਤੀ ਹੈ ਬਿਸਮਿਲ ਲੱਗਣਾ ਉਹ ਜ਼ੇਵਰ ਦੇਖੇ ਜਿਹੜੇ ਮੁਜਰਮ ਪੈਂਦੇ ਨੇ ਇੱਕ ਇੱਕ ਰੱਸੀ ਚਾਹੀਦੀ ਹੈ ਸੁਚੇਂਦੀ ਹੈ ਪਹਿਲੇ ਅਕਬਰ ਦੀ ਮਾਂ ਨੂੰ ਦੇਵਾ ਪਹਿਲੇ ਕਾਸਮ ਦੀ ਮਾਂ ਨੂੰ ਦੇਵਾ ਜਾਂ ਮੈਂ ਅਸਗਰ ਦੀ ਮਾਂ ਦੀ ਮਿੰਨਤ ਕਰਾਂ ਉਹ ਮੌੜਾ ਦੇ ਵਾਲੇ ਹਰ ਚਿਹਰੇ ਤੋਂ ਮੇਰੀ ਸੈਣ ਡਿੱਠਾ ਕੋਈ ਨਹੀਂ ਅਚਾਨਕ ਕਰਬਲਾ ਦੀ ਜ਼ਮੀਨ ਹੰਦੀ ਹੈ ਮੇਰੀ ਸੈਣ ਡਿੱਠਾ ਇੱਕ ਬੱਚੀ ਹੈ ਜਿਹਦੇ ਕੰਨਾਂ ਵਿੱਚੋਂ ਰੱਤ ਪਵਾਉਂਦੀ ਹੈ ਜਿਹਦਾ ਸਰ ਜ਼ਖਮੀ ਹੈ ਭੱਜਦੀ ਹੋਈ ਮਰਦਲ ਵਿੱਚ ਆਈ ਹੈ ਜਿਵੇਂ ਅਕਬਰ ਦੇ ਮੋਢ ਹਿਲਾ ਗਿਆ ਦੀ ਜਾਗ ਤੇਰੀ ਜਾਗੀਰ ਚ ਕੁਮਰਾ ਦਾ ਦਾਜ ਲੁੱਟਾ ਗਿਆ ਅਮੀਰ ਨਾ ਬਣਾ
ਜਾਗਰ ਦੇ ਕਸਮ ਇਹ ਜੁਮਲੇ ਤੇ ਸੈਨ ਦੀ ਮੋਹਰ ਲੱਗੀ।
حق سن
سارے ماتم سن کوئی میرا خیال ہے اختلاف نہیں ماتم کرے نہ کرے کوئی پسند والے خیال ہے نہ لیکن پوری کائنات اس ویلے بولی ہے کہ حضرت امام حسین اسلام حق کے سن اور یزید بہر حال باطل کے سن میں بہت انسان ہوں واقع کربلا تو پہلے جا قاتل نفس وہ صرف غیر مسلم کے لگتا سن کربلا تو پہلے یعنی حضرت ابراہیم حق سن تے باطل نبوت سی حضرت موسیٰ حق سن تے باطل فرعون سن رسول اللہ حق سن تے باطل ابو جہل سن یعنی جنہ بندے اسلام کی دین کی مخالفت کی تھی انہوں نے باطل کیا گیا اور جنہیں اسلام کے نمائندگان سن انہوں نے حق کیا گیا تاریخ جتنے حق کیا گیا کچھ تاریخ جتنے حق کیا گیا وہ اسلام کے نمائندے میں کیا گیا وہ آدم تو لے کے خاتم الانبیاء تک اس سارے اللہ کے نمائندے اسلام کے ایسے دین لے کے آئے جنہوں نے مد مقابل آیا ہے بہرحال وہ مسلمان نہیں سن نہ وہ نماز پڑھتا سی نہ وہ روزہ رکھتا سی مد مقابل ہونے والا نہ حج کرتا سی نہ وہ کوئی کتاب سی یعنی وہ مخالف سی اسلام کا اور دین کا لہذا وہ باطل قرار دیتا گیا واقعی کربلا جڑے بندے حضرت امام حسین علیہ السلام کے مقابلے تے آئے انہیں آزاد بھی دیتی انہیں جمعہ بھی پڑھے نماز فجر بھی پڑھی مطلب یہ کہ کم از کم واقعی کربلا تو بعد یہ ثابت ہو گیا کہ کسی ویلے بندے کو قرآن ہوتا ہے لیکن وہ باطل ہوتا ہے نماز کی موجودگی چ بندے باطل ہیں اذان دیکھ کے بھی پھر باطل ہیں اچھا جمعہ پڑھ کے بھی پھر باطل ہیں قرآن کی تلاوت کر کے پھر باطل ہیں یہ مطلب ہے کہ اس خاندان کے جڑا مخالف ہے نا